ਤੇਜ਼ ਰਫ਼ਤਾਰ ਖਬਰਾਂ ਦੇ ਸਿਲਸਿਲੇ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਤੇ ਆਫ ਸ਼ੁਰੂ ਕਰਦੇ ਹਾਂ ਸ਼ਾਰਟ ਐਂਡ ਸ਼ਾਰਪ ਖਬਰਾਂ ਦਾ ਤੇਜ਼ ਰਫ਼ਤਾਰ ਸਿਲਸਿਲਾ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੀਤੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ। ਕਿਸਾਨਾਂ ਦੇ ਮੁੱਦੇ ਰੱਖੇ ਮੁੱਖ ਮੰਤਰੀ ਦੇ ਸਾਹਮਣੇ, ਮੀਡੀਆ ਸਾਹਮਣੇ ਹੋਈ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਮੁੱਖ ਮੰਤਰੀ ਬਾਦਲ ਦੀ ਮੁਲਾਕਾਤ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਸਭ ਤੋਂ ਵੱਡੇ ਹਮਦਰਦ। ਮੁਲਾਕਾਤ ਦੌਰਾਨ ਮੁੱਖ ਮੰਤਰੀ ਵੱਲੋਂ ਕਿਸਾਨਾਂ ਦੇ ਮੁੱਦਿਆਂ ਤੇ ਜਵਾਬ ਵੀ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਸਭ ਤੋਂ ਵੱਧ MSP ਪੰਜਾਬ ਸਰਕਾਰ ਵੱਲੋਂ ਦਿੱਤੀ। ਕੁਝ ਮਿਲਦੀ ਹੈ ਆਪਣਾ ਕੀ ਦਿੰਦੇ ਪੰਜਾਬ ਵਾਲੇ ਜੋ ਤੁਸੀਂ ਉਹ ਪੁੱਗੜਦਾ ਸੈਂਟਰ ਵੀ ਤੁਹਾਡਾ ਮੇਰੀ ਗੱਲ ਮੈਂ ਤਾਂ ਪਹਿਲਾਂ ਤਾਂ ਮਤਰੀ ਮਾਂ ਕਹਿ ਲੈਂਦੇ ਕਿ ਟਰੱਕਾਂ ਨਾਲ ਪੈਸੇ ਆਉਣ ਦੇ ਸੈਂਟਰ ਨੂੰ ਮੈਂ 10 ਵਾਰੀ ਕਿਹਾ ਲੇਕਿਨ ਫੈਸਲਾ ਤਾਂ ਉਹਨਾਂ ਨੇ ਕਰਨਾ ਹੈ। ਪੰਜਾਬ ਗੌਰਮੈਂਟ ਹੈ ਮੇਰੇ ਖਿਲਾਫ਼ ਦੇਖ ਹਿੰਦੁਸਤਾਨ ਕੀ ਸਾਰੀ 5,000 ਕਰੋੜ ਰੁਪਇਆ ਹਮ ਕਿਉਂ ਕਰਦੇ ਕਰਦੇ ਕੋਈ ਹਿੰਦੁਸਤਾਨ ਕੀ ਸਰਕਾਰ ਨਹੀਂ ਕਰਦੀ ਪੈਸੇ। ਮੇਰੀ ਗੱਲ ਤਾਂ ਸੁਣੋ, ਮੇਰੀ ਵੀ ਗੱਲ ਸੁਣੋ ਨਾ। ਹੁਣ ਇਹ ਕਰਤਾ ਕਿ 50,000 ਤਾਈਂ ਕੋਈ ਕਰਜ਼ਾ ਕਿਸਾਨ ਆਪਣੀ ਫਸਲ ਵਾਸਤੇ ਲੈਂਦਾ ਉਹਦਾ ਕੋਈ ਸੁਣ ਨਹੀਂ ਹੈ। 50,000 ਤਾਈਂ ਉਹਨਾਂ ਦੀ ਜਿਹੜੀ ਲਾਈਫ ਇੰਸ਼ੋਰੈਂਸ ਹੈ ਕੋਈ ਪੈਸਾ ਨਹੀਂ ਲੱਗੇਗਾ। ਮੁਫ਼ਤ ਹੈ ਪੰਜਾਬ ਇਲਾਜ ਵਾਸਤੇ ਵੀ ਉਹਨਾਂ ਨੂੰ ਕਾਰਡ ਦਿੱਤੇ ਹੈ। ਇਹ ਫੈਸਲੇ ਸਿਰਫ ਸਾਡੀ ਸਰਕਾਰ ਲੈ ਸਕਦੀ ਹੈ ਜਿਹੜੀ ਦਿਲੋਂ ਹੁੰਦਾ ਮੁੱਖ ਮੰਤਰੀ ਦਿੱਲੀ। ਕਿਸਾਨਾਂ ਵੱਲੋਂ ਆਏ ਦਿਨ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੇ ਵੀ ਮੁੱਖ ਮੰਤਰੀ ਅੱਗੇ ਆਮ ਆਦਮੀ ਪਾਰਟੀ ਵੱਲੋਂ ਮੁੱਦਾ ਚੁੱਕਿਆ ਗਿਆ ਤਾਂ ਮੁੱਖ ਮੰਤਰੀ ਵੱਲੋਂ ਉਸ ਤੇ ਪ੍ਰਤੀਕਰਮ ਦਿੱਤਾ ਗਿਆ। ਉਹਦੇ ਨਾਲ ਕੋਈ ਤਲਕ ਨਹੀਂ। ਮੇਰੀ ਗੱਲ ਕੋਰਟ ਦਾਵਾ ਕੀਤਾ ਅਸੀਂ ਸਾਡੀ ਰਿਟਨ ਇੰਸਟਰਕਸ਼ਨ ਹੈ ਔਰ ਅੱਜ ਮੈਂ ਖੜਾ ਕੋਈ ਕੋਈ ਕਿਸੇ ਕਿਸਾਨ ਦੀ ਕੁਰਕੀ ਨਹੀਂ ਕਰਨੀ। ਸਮਾਜ ਕਰਦੇ ਤਾਂ ਵੀ ਬਿੱਲ ਬਣਾ ਤਾ ਉਹ ਕਿਸਾਨ ਵਾਸਤੇ ਅਸੀਂ ਕਰ ਰਹੇ ਹਿੰਦੁਸਤਾਨ 'ਚ ਕੋਈ ਨਹੀਂ। ਪੱਤਰਕਾਰਾਂ ਨਾਲ ਰੂਬਰੂ ਹੋਣ ਦੌਰਾਨ ਜਦੋਂ ਇੱਕ ਪੱਤਰਕਾਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਪੁੱਛਿਆ ਕਿ ਪੰਜਾਬ ਵਿੱਚ ਹੋਪਲੈਸਨੈਸ ਦਾ ਪਸਾਰਾ ਹੋ ਗਿਆ ਤਾਂ ਮੁੱਖ ਮੰਤਰੀ ਇਸ ਤੋਂ ਇਨਕਾਰ ਕਰਦੇ ਨਜ਼ਰ ਆਏ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੀ ਰਹੀ। ਸਾਰੀ ਬਾਤੋਂ ਪੇ ਗੋਲਮੋਲ ਬਾਤ ਹਮ ਕਹਤੇ ਹੈ ਤੋਤਾ ਸਿੰਘ ਕੋ ਗ੍ਰਿਫਤਾਰ ਕਰੋ ਕਹਤੇ ਨਹੀਂ। ਹਮ ਕਹਤੇ ਹੈ ਮਜੀਠੀਆ ਕੋ ਗ੍ਰਿਫਤਾਰ ਕਰੋ ਕਹਤੇ ਨਹੀਂ। ਹਮ ਕਹਤੇ ਹੈ 12,000 ਕਰੋੜ ਕਾ ਘੋਟਾਲਾ ਹੁਆ ਹੈ ਕਹਤੇ ਹੈ ਨਹੀਂ। ਤੋ ਆਪਨੇ ਸੁਣਾ ਕਿਆ ਕਹਿ ਰਹੇ ਹੋ ਕਿਸਾਨ ਮਰ ਰਹੇ ਹੋ ਤੇ ਮੈਂ ਕਹਿ ਰਹੇ ਮੈਂ ਹਮ ਲੋਗ ਕਹਿ ਰਹੇ ਕਿਸਾਨੋਂ ਨੇ ਯਹਾਂ ਆਤਮਹੱਤਿਆ ਕੀ ਹੈ ਕਿਸਾਨ ਮਰ ਰਹੇ ਕਹਿ ਰਹੇ ਹਮ ਕਿਆ ਕਰੇ। ਤੋ ਆਪਨੇ ਸੁਣ ਲਿਆ ਕਿਆ ਕਰ ਰਹੇ ਹੈ। ਤੋ ਆਮ ਆਦਮੀ ਪਾਰਟੀ ਅਭੀ ਆਪਣੇ ਆੰਦੋਲਨ ਕੋ ਔਰ ਵਿਆਪਕ ਬਣਾਏਗੀ। ਦੇਖੋ ਅੱਜ ਦਾ ਸੰਘਰਸ਼ ਜਿਹੜਾ ਸਕਸੈਸਫੁਲ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਇੰਨੇ ਤਸ਼ੱਦਦ ਦੇ ਬਾਵਜੂਦ ਲੋਕ ਬਹੁਤ ਭਾਰੀ ਗਿਣਤੀ 'ਚ ਇੱਥੇ ਆਏ ਆ ਇੰਨੀ ਗਰਮੀ ਦੇ ਵਿੱਚ ਔਰ ਬਹੁਤ ਵੱਡਾ ਇਕੱਠ ਬਹੁਤ ਲੋਕ ਜਿਹੜੇ ਰਸਤੇ ਦੇ ਵਿੱਚ ਡਿਟੇਲ ਕੀਤੇ ਗਏ ਇਹਨੂੰ ਅਸੀਂ ਸਕਸੈਸਫੁਲ ਕਹਿੰਦੇ ਹਾਂ। ਬਾਦਲ ਨੇ ਗੋਲ ਮੋਲ ਗੱਲਾਂ ਕੀਤੀਆਂ ਨੇ ਅਸੀਂ ਬੈਠ ਕੇ ਹਫ਼ਤੇ ਬਾਅਦ ਅਸੀਂ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਜਿਹੜਾ ਉਹ ਜਲਦੀ ਤੋਂ ਜਲਦੀ ਦੇਵਾਂਗੇ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਰਾਜਪਾਲ ਦੇ ਅੱਗੇ ਵੀ ਰੱਖੀਆਂ। ਅਨਾਜ ਦੇ ਕਿ ਆਮ ਆਦਮੀ ਪਾਰਟੀ ਅੱਜ ਕਥਿਤ ਅਨਾਜ ਘੁਟਾਲੇ ਨੂੰ ਲੈ ਕੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਦਾ ਘਿਰਾਓ ਕਰਨ ਪਹੁੰਚੀ ਸੀ। ਵੱਡੀ ਗਿਣਤੀ ਵਿੱਚ ਆਪ ਵਰਕਰ ਇਸ ਮਾਰਚ ਵਿੱਚ ਹਿੱਸਾ ਲੈਣ ਪਹੁੰਚੇ। ਗੁੱਡ ਮਾਰਨਿੰਗ
ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਤੋਂ ਪਰਤਣ ਤੋਂ ਬਾਅਦ ਅੱਜ ਪਹਿਲੀ ਵਾਰ ਮੀਡੀਆ ਦੇ ਮੁਖਾਤਿਬ ਹੋਏ। ਕੈਪਟਨ ਨੇ ਆਪਣੇ ਵਿਦੇਸ਼ ਦੌਰੇ ਨੂੰ ਸਫਲ ਦੱਸਿਆ ਤਾਂ ਉੱਥੇ ਹੀ ਸੂਬਾ ਸਰਕਾਰ ਅਤੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਲਗਾਇਆ। ਕੈਪਟਨ ਨੇ ਕਥਿਤ ਫੂਡ ਸਕੈਮ ਨੂੰ ਮਹਾਘੁਟਾਲਾ ਦੱਸਿਆ ਅਤੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਕਹੀ ਤੇ ਨਾਲ ਹੀ ਉਹਨਾਂ ਆਪਣੇ ਅਤੇ ਪ੍ਰਸ਼ਾਂਤ ਕਿਸ਼ੋਰ ਵਿਚਾਲੇ ਸਬੰਧਾਂ ਨੂੰ ਲੈ ਕੇ ਵੀ ਜਵਾਬ ਦਿੱਤਾ। ਬਾਰਾਂ ਹਜ਼ਾਰ ਕਰੋੜ ਦੇ ਕਥਿਤ ਅਨਾਜ ਘੁਟਾਲੇ ਵਿੱਚ ਆਪ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਸਕੈਮ ਇਹਦਾ ਇਹਦਾ ਮਹਾ ਸਕੈਮ ਹੈ, ਮਹਾ ਸਕੈਮ ਹੈ, ਦਿਸ ਇਜ਼ ਅ ਟੋਟਲ ਸਕੈਮ, ਦਿਸ ਇਜ਼ ਅ ਫਰੌਡ, ਫਰੌਡ ਔਨ ਦ ਪੀਪਲ ਆਫ ਇੰਡੀਆ, ਫਰੌਡ ਔਨ ਦ ਕੰਟਰੀ, ਫਰੌਡ ਔਨ ਪੰਜਾਬ। ਐਤਕੀ ਕਣਕ 21,000 ਕਰੋੜ ਦੀ ਹੈ, ਐਂਡ ਯੂ ਕੈਨ ਇਮੈਜਿਨ 12,000 ਕਰੋੜ ਇਜ਼ ਨੀਅਰਲੀ 50% ਆਫ ਦ ਟੋਟਲ ਵੀਟ ਪਰਚੇਸ, ਜਿਹੜੀ ਪ੍ਰੋਡਕਸ਼ਨ ਹੈ ਪੰਜਾਬ ਦੀ। ਦੇਰ ਇਜ਼ ਨੋ ਸਟੋਕਸ, ਕੋਈ ਫਰੌਡ ਇਹਨਾਂ ਨੇ ਬੇਚਬੂ ਦਿੱਤਾ ਹੋਣਾ। ਪੰਜਾਬ ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਪੰਜਾਬ 'ਚ ਨਿੱਜੀ ਕੇਬਲ ਆਪਰੇਟਰ ਵੱਲੋਂ ਬਲੈਕਆਊਟ ਕੀਤੇ ਜਾਣ 'ਤੇ ਸੂਬਾ ਸਰਕਾਰ 'ਤੇ ਨਿਸ਼ਾਨਾ ਲਗਾਇਆ। ਕੈਪਟਨ ਮੁਤਾਬਕ ਸੂਬਾ ਸਰਕਾਰ ਦੇ ਇਸ਼ਾਰੇ 'ਤੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤਾ ਗਿਆ। ਦਿਸ ਡਿਸਟ੍ਰੀਬਿਊਸ਼ਨ ਆਫ ਚੈਨਲ ਇਜ਼ ਅੰਡਰ ਦ ਸਟੇਟ ਗਵਰਨਮੈਂਟ ਐਂਡ ਬਟ ਵਾਟ ਦੇ ਆਰ ਡੂਇੰਗ ਇਲੀਗਲ ਨਾਓ ਐਂਡ ਦੈਟ ਆਈ ਹੈਵ ਜਸਟ ਹਰਡ ਐਂਡ ਵੀ ਆਰ ਟੇਕਿੰਗ ਇਟ ਅਪ ਵਿਦ ਦ ਟ੍ਰੈਫਿਕ ਵਿਦ ਦਿਸ ਟ੍ਰਾਈਬ ਤਾਂ ਕਿ ਉਹਨਾਂ ਦੇ ਦੇ ਸ਼ੁੱਡ ਸੀ ਦੈਟ ਦਿਸ ਇਜ਼ ਇਲੀਗਲੀ ਬੀਂਗ ਡਨ, ਦੇ ਆਰ ਨੋਟ ਅਲਾਊਡ ਟੂ ਡੂ ਦਿਸ। ਅੰਮ੍ਰਿਤਸਰ ਦੇ ਵਿੱਚ ਕਾਂਗਰਸੀ ਆਗੂ ਲਾਲੀ ਮਜੀਠੀਆ ਨੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਦੇ ਮੁੱਦੇ ਤੇ ਆਪਣੇ ਆਗੂਆਂ ਦੇ ਨਾਲ ਬੈਠਕ ਕੀਤੀ ਅਤੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ। ਕਾਂਗਰਸ ਆਗੂ ਲਾਲੀ ਮਜੀਠੀਆ ਨੇ ਪੰਜਾਬ ਵਿੱਚ ਅਣਐਲਾਨੀ ਮੀਡੀਆ ਬੈਨ ਦਾ ਵਿਰੋਧ ਕੀਤਾ। ਔਰ ਇਹਨਾਂ ਨੇ ਪਹਿਲਾਂ ਡੇ ਐਂਡ ਨਾਈਟ ਚੈਨਲ ਬੰਦ ਕਰਵਾਇਆ ਉਹਨਾਂ ਦੇ ਮਾਲਕਾਂ ਨੂੰ ਦਬਕਾ ਮਾਰ ਕੇ, ਔਰ ਹੁਣ ਇਹਨਾਂ ਨੇ ਜ਼ੀ ਪੰਜਾਬੀ ਜਿਹੜਾ ਹੈ ਉਹਨੂੰ ਫਾਸਟ ਵੇ ਕੇਬਲ ਤੋਂ ਜਿਹੜਾ ਕੱਢਿਆ, ਇਸ ਚੈਨਲ ਨੂੰ ਦੁਬਾਰਾ ਨਾ ਚਲਾਇਆ ਗਿਆ। ਅਤੇ ਅਸੀਂ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਮਾਨਯੋਗ ਗਵਰਨਰ ਪੰਜਾਬ ਸ਼੍ਰੀ ਕਪਤਾਨ ਸਿੰਘ ਜੀ ਸੋਲੰਕੀ ਉਹਨਾਂ ਨੂੰ ਮੰਗ ਪੱਤਰ ਦੇਣ ਆਏ ਹਾਂ ਕਿ ਫਾਸਟ ਵੇ ਕੇਬਲ ਦਾ ਜਿਹੜਾ ਕੌਮੀਕਰਨ ਕਰਤਾ ਜਾਵੇ, ਉਹਨੂੰ ਸਰਕਾਰ ਟੇਕ ਓਵਰ ਕਰ ਲਏ। ਬਰਨਾਲਾ ਵਿੱਚ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਨਿੱਜੀ ਕੇਬਲ 'ਤੇ ਬਲੈਕਆਊਟ ਕੀਤੇ ਜਾਣ ਦੇ ਖਿਲਾਫ਼ ਪੱਤਰਕਾਰਾਂ ਨੇ ਰੋਸ ਮਾਰਚ ਕੱਢ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਅਤੇ ਰਾਜਪਾਲ ਦੇ ਨਾਮ SDM ਨੂੰ ਮੰਗ ਪੱਤਰ ਸੌਂਪਿਆ। ਪੱਤਰਕਾਰਾਂ ਨੇ ਕਿਹਾ ਕਿ ਉਹਨਾਂ ਚੈਨਲਾਂ ਨੂੰ ਹੀ ਬੰਦ ਕੀਤਾ ਜਾ ਰਿਹਾ ਹੈ ਜੋ ਲੋਕਾਂ ਦੀ ਆਵਾਜ਼ ਬਣ ਰਹੇ ਨੇ। ਪ੍ਰੈਸ ਦੀ ਆਜ਼ਾਦੀ ਅਤੇ ਆਜ਼ਾਦੀ ਨੂੰ ਦੱਬਣ ਵਾਲੇ ਜਿਹੜੇ ਲੋਕ ਨੇ ਉਹਨਾਂ 'ਤੇ ਸਰਕਾਰ ਨੂੰ ਚਾਹੀਦਾ ਕਾਰਵਾਈ ਤੁਰੰਤ ਕਰੇ, ਨਹੀਂ ਤਾਂ ਪੂਰੇ ਬਰਨਾਲੇ ਦੇ ਅੱਜ ਜਿਹੜੇ ਇਕੱਠੇ ਹੋਏ ਪੱਤਰਕਾਰ ਨੇ ਇਹ ਪੂਰੇ ਪੰਜਾਬ ਲੈਵਲ ਦੇ ਪੱਤਰਕਾਰ ਇਕੱਠੇ ਹੋਣਗੇ। ਅਤੇ ਅਸੀਂ ਇਸ ਮਾਮਲੇ ਦੇ ਉੱਤੇ ਅੱਜ ਸੰਘਰਸ਼ ਦਾ ਜਿਹੜੇ ਪਹਿਲੇ ਪੜਾਅ ਵਜੋਂ ਅਸੀਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਰਾਹੀਂ ਰਾਜਪਾਲ ਜੀ ਨੂੰ ਅਸੀਂ ਮੰਗ ਪੱਤਰ ਭੇਜ ਰਹੇ ਹਾਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇੱਦਾਂ ਦੀ ਲੋੜ ਪੈਂਦੀ ਹੈ ਤਾਂ ਵੱਖ ਵੱਖ ਥਾਵਾਂ ਦੇ ਉੱਤੇ ਅਸੀਂ ਪੱਤਰਕਾਰਾਂ ਦੀ ਵਿਸ਼ਾਲ ਲਾਮਬੰਦੀ ਕਰਕੇ ਸੰਘਰਸ਼ਾਂ ਦੇ ਅਖਾੜਿਆਂ 'ਚ ਨੇਤਰਨ ਤੋਂ ਗੁਰੇਜ਼ ਨਹੀਂ ਕਰਾਂਗੇ। ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਕੇਬਲ 'ਤੇ ਬਲੈਕਆਊਟ ਕਰਨ ਦੇ ਰੋਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਤਰਨ ਤਾਰਨ ਵਿੱਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਰੋਸ ਮੁਜ਼ਾਹਰਾ ਕੀਤਾ। ਇਹਨਾਂ ਨੇ ਮੰਗ ਕੀਤੀ ਕਿ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਜਲਦੀ ਤੋਂ ਕੇਬਲ 'ਤੇ ਚਲਾਇਆ ਜਾਵੇ। ਇਸ ਦੇ ਉਪਰੰਤ ਉਹਨਾਂ ਨੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਮੰਗ ਪੱਤਰ ਸੌਂਪਿਆ ਅਤੇ ਕਿਹਾ ਕਿ ਜੇ ਸਰਕਾਰ ਨੇ ਕੇਬਲ 'ਤੇ ਮੁੜ ਤੋਂ ਇਹ ਚੈਨਲ ਚਾਲੂ ਨਾ ਕੀਤਾ ਤਾਂ ਉਹ ਵੱਡੇ ਪੱਧਰ 'ਤੇ ਰੋਸ ਮੁਜ਼ਾਹਰੇ ਕਰਨਗੇ। ਪੰਜਾਬ ਵਿੱਚ ਨਿੱਜੀ ਕੇਬਲ 'ਤੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਦੀ ਕਾਂਗਰਸੀ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਨਿੰਦਾ ਕੀਤੀ ਹੈ। ਉਹਨਾਂ ਨੇ ਪੰਜਾਬ ਸਰਕਾਰ 'ਤੇ ਮੀਡੀਆ ਦਾ ਦਮਨ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ। ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਪੰਜਾਬ 'ਚ ਨਿੱਜੀ ਕੇਬਲ ਆਪਰੇਟਰ ਵੱਲੋਂ ਬਲੈਕਆਊਟ ਕੀਤੇ ਜਾਣ ਖਿਲਾਫ਼ ਲੋਕਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਅਤੇ ਸੂਬਾ ਸਰਕਾਰ ਲਗਾਤਾਰ ਬਲੈਕਆਊਟ ਦੇ ਮੁੱਦੇ 'ਤੇ ਗੇਂਦ ਕੇਂਦਰ ਸਰਕਾਰ ਦੇ ਪਾਲੇ ਸੁੱਟ ਰਹੀ ਹੈ।
ਐਵੇਂ ਅਨਸੈਸਰੀ ਹਰ ਗੱਲ 'ਚ ਗੌਰਮੈਂਟ ਨੂੰ ਚੱਲਣਾ ਨਹੀਂ ਕਰਨਾ ਚਾਹੀਦਾ, ਨਾ ਤਾਂ ਸਟੇਟ ਗੌਰਮੈਂਟ ਕੋਲ ਕੰਟਰੋਲ ਹੀ ਹੁੰਦਾ ਚੈਨਲਾਂ ਦਾ, ਬਾਕੀ ਚੀਜ਼ਾਂ ਇਹ ਜਿਹੜੀ ਆ ਮਿਨਿਸਟਰੀ ਆਫ ਬ੍ਰੌਡਕਾਸਟਿੰਗ ਦੇ ਅੰਦਰ ਹੁੰਦੇ ਆ। ਨਾਮਧਾਰੀ ਭਾਈਚਾਰੇ ਨੇ ਠਾਕੁਰ ਦਲੀਪ ਸਿੰਘ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਨਾਮਧਾਰੀ ਭਾਈਚਾਰੇ ਦੇ ਮੈਂਬਰ ਨੇ ਦਲੀਪ ਸਿੰਘ ਤੇ ਨਾਮਧਾਰੀ ਭਾਈਚਾਰੇ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ। ਨਾਮਧਾਰੀ ਸਮਾਜ ਪਰ ਕਈ ਪ੍ਰਕਾਰ ਕੇ ਹਮਲੇ ਹੋ ਰਹੇ ਹੈ, ਕੇਵਲ ਹਮਲੇ ਹੀ ਨਹੀਂ ਹੱਤਿਆਏ ਵੀ ਹੋ ਗਈ। ਯੂੰ ਕਹੇ ਕਿ ਇਹ ਸਿਲਸਿਲਾ ਏਕ ਕੜੀ ਕੇ ਰੂਪ ਮੇਂ ਚੱਲ ਰਹਾ ਹੈ। ਜੋ ਕਾਰਕੁਨ ਥੇ ਉਨ੍ਹੋਂਨੇ ਜ਼ਬਰਦਸਤੀ ਆ ਕੇ ਲੜਾਈ ਕੀ, ਜ਼ਬਰਦਸਤੀ ਆ ਕੇ ਪਥਰਾਵ ਵੀ ਕੀਆ, ਵਹਾਂ ਪੇ ਬਹੁਤ ਕੁਛ ਹੁਆ, ਕੇਸ ਵੀ ਦਰਜ ਕੀਏ ਗਏ, ਕੁਛ ਗੁਰਦੁਆਰੇ ਕੁਛ ਧਰਮਸ਼ਾਲਾਏ ਬੰਦ ਵੀ ਕੀ ਗਈ। ਤੋ ਯੇ ਸਿਲਸਿਲਾ ਆਗੇ ਬੜਤਾ ਗਿਆ ਔਰ ਠਾਕੁਰ ਦਲੀਪ ਸਿੰਘ ਜੀ ਆਪਣੇ ਸਮੁਦਾਇ ਕੇ ਲੋਗੋਂ ਕੋ ਓਪਨਲੀ ਤਕਰੀਰੇ ਕਰਤੇ ਰਹੇ। ਦੂਜੇ ਪਾਸੇ ਠਾਕੁਰ ਦਲੀਪ ਸਿੰਘ ਦੇ ਹਮਾਇਤੀਆਂ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਜ਼ਿਕਰੇ ਖਾਸ ਹੈ ਕਿ ਕੁਝ ਦਿਨ ਪਹਿਲਾਂ ਠਾਕੁਰ ਦਲੀਪ ਸਿੰਘ ਨੇ ਆਪਣੇ ਹਮਾਇਤੀਆਂ ਸਣੇ ਦਿੱਲੀ ਦੇ ਜੰਤਰ ਮੰਤਰ ਤੇ ਧਰਨਾ ਲਾਇਆ ਸੀ। ਠਾਕੁਰ ਦਲੀਪ ਸਿੰਘ ਦੇ ਹਮਾਇਤੀਆਂ ਨੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਕਤਲ ਜਿਹੜਾ ਹੋਇਆ ਭੈਣੀ ਸਾਹਿਬ ਦੇ ਅੰਦਰ ਹੋਇਆ, ਭੈਣੀ ਸਾਹਿਬ ਦੇ ਅੰਦਰ ਕਤਲ ਹੋਣ ਦਾ ਮਤਲਬ ਭੈਣੀ ਸਾਹਿਬ ਦੇ ਹੀ ਬੰਦਿਆਂ ਨੂੰ ਪਤਾ ਹੋਏਗਾ ਕਿ ਕਤਲ ਕਿਹਨੇ ਕੀਤਾ। ਔਰ ਇਹਦਾ ਇਹ ਕਹਿਣਾ ਕਿ ਸਾਨੂੰ ਸ਼ੱਕ ਹੈ ਠਾਕੁਰ ਦਲੀਪ ਸਿੰਘ ਜੀ ਦੇ ਉੱਤੇ, ਉਹ ਚਾਰ ਦਿਨ ਪਹਿਲਾਂ ਤਾਂ ਬਾਹਰ ਗਏ ਸੀ ਕੰਟਰੀ ਤੋਂ ਬਾਹਰ ਤੋਂ ਵਾਪਸ ਆਏ ਨੇ। ਅਗਰ ਉਹਨਾਂ ਨੇ ਇੱਦਾਂ ਦਾ ਕੁਛ ਕਰਾਉਣਾ ਹੁੰਦਾ ਤਾਂ ਬਾਹਰ ਆਉਣ ਬਾਹਰੋਂ ਤਾਂ ਇੰਡੀਆ 'ਚ ਆਉਣ ਦੀ ਲੋੜ ਹੀ ਨਹੀਂ ਸੀ ਉਹਨਾਂ ਨੂੰ। ਨਾਮਧਾਰੀ ਭਾਈਚਾਰੇ ਦੇ ਮੈਂਬਰਾਂ ਨੇ ਵੀ ਨਿੱਜੀ ਕੇਬਲ ਆਪਰੇਟਰ ਵੱਲੋਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਖਿਲਾਫ਼ ਰੋਸ ਜ਼ਾਹਰ ਕੀਤਾ। ਮੈਂ ਇਹ ਕਹੂੰਗਾ ਕਿ ਸਵਤੰਤਰ ਭਾਰਤ ਹੈ ਔਰ ਯਹੀ ਇੱਕ ਐਸਾ ਦੇਸ਼ ਹੈ ਜਹਾਂ ਪਰ ਹਰ ਆਦਮੀ ਕੋ ਆਪਣੀ ਬਾਤ ਕਹਿਣੇ ਕਾ ਪੂਰਾ ਹੱਕ ਹੈ ਔਰ ਸੱਚ ਦਿਖਾਨੇ ਕਾ। ਭਾਰਤ ਮੇਂ ਮੀਡੀਆ ਬਹੁਤ ਸਟਰੋਂਗ ਹੈ, ਆਜ ਕੀ ਡੇਟ ਮੇਂ ਵੋ ਸੱਚ ਦਿਖਾਤਾ ਹੈ ਔਰ ਹਮ ਤੋ ਯਹੀ ਕਹੇਂਗੇ ਕਿ ਕਿਸੀ ਕੇ ਵੀ ਸਾਥ ਐਸੀ ਬਾਤ ਨਹੀਂ ਹੋਣੀ ਚਾਹੀਏ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਮੁੜ ਤੋਂ ਸਫਾਈ ਦਿੱਤੀ ਕਿ ਉਹਨਾਂ ਅਤੇ ਪ੍ਰਸ਼ਾਂਤ ਕਿਸ਼ੋਰ ਦੇ ਵਿਚਾਲੇ ਕੋਈ ਵਿਵਾਦ ਨਹੀਂ ਹੈ, ਪਰ ਕੈਪਟਨ ਨੇ ਇਹਨਾਂ ਜ਼ਰੂਰ ਕਿਹਾ ਕਿ ਪਾਰਟੀ ਦੀਆਂ ਸਰਗਰਮੀਆਂ ਬਾਰੇ ਫੈਸਲਾ ਲੈਣ ਦਾ ਅਧਿਕਾਰ ਉਹਨਾਂ ਕੋਲ ਹੈ, ਜਦਕਿ ਰਣਨੀਤੀ ਬਣਾਉਣ ਦੀ ਜ਼ਿੰਮੇਵਾਰੀ ਪ੍ਰਸ਼ਾਂਤ ਕਿਸ਼ੋਰ ਦੀ ਹੈ। ਕੈਪਟਨ ਨੇ ਕਿਹਾ ਕਿ ਜਗਮੀਤ ਬਰਾੜ ਅਤੇ ਬੀਰ ਦਵਿੰਦਰ ਦੀ ਪਾਰਟੀ ਵਿਰੋਧੀਆਂ ਸਰਗਰਮੀਆਂ ਦੀ ਵਜ੍ਹਾ ਨਾਲ ਦੋਵਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ। We are friends and he in turn does take no decision without discussing it with me. But what I have said, he is my strategy advisor. He is advising us on strategy for fighting the campaign. Running the party is my business. That is what I have said. I have known these two gentlemen for a very long time. And this is their, not habit, but this is their, they just do this all the time. I have known Veer Devinder since he was a president of the Students Union of Punjabi University Patiala. ਵਰਜੀਨੀਆ ਦੇ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਸੰਚਾਰ ਦੌਰਾਨ ਸਿੱਖ ਰਹਿਤ ਮਰਿਆਦਾ ਦੇ ਹਨਨ ਦੇ ਮਾਮਲੇ ਦਾ ਅਕਾਲ ਤਖਤ ਨੇ ਗੰਭੀਰ ਨੋਟਿਸ ਲਿਆ ਤੇ ਅਕਾਲ ਤਖਤ ਸਾਹਿਬ ਤੇ 4 ਜੂਨ ਨੂੰ ਤਲਬ ਕੀਤਾ ਗਿਆ ਤੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ SGPC ਨੂੰ ਹੁਕਮ ਦਿੱਤੇ ਗਏ ਨੇ ਕਿ ਸਾਰੇ ਮਿਸ਼ਨਰੀ ਕਾਲਜਾਂ 'ਚ ਸਿਲੇਬਸ ਨੂੰ ਚੈੱਕ ਕੀਤਾ ਜਾਵੇ। ਹੋ ਗਈ ਕਿ ਵਰਜੀਨੀਆ ਦੇ ਕੁਲਦੀਪ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਵਿਜੇਂਦਰ ਸਿੰਘ ਨਰੂਲਾ ਤੇ ਉਸਦੇ ਸਾਥੀਆਂ ਦਾ ਕਾਰਾ ਨਾ ਸਹਿਣ ਯੋਗ ਇਸ ਕਰਕੇ ਹੈ ਕਿਉਂਕਿ ਇਹ ਆਪਣੇ ਆਪ ਨੂੰ ਗ੍ਰੰਥੀ ਜਾਂ ਪ੍ਰਚਾਰਕ ਅਖਵਾਉਂਦੇ ਹਨ। ਇਸ ਦੇ ਨਾਲ ਹੀ ਮੁੱਖ ਮੁੱਦਾ ਇਹ ਹੈ ਕਿ ਉਹਨਾਂ ਪੰਥ ਦੋਖੀਆਂ ਦਾ ਅਸਲ ਹਮਲਾ ਅਤੇ ਨਿਸ਼ਾਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤੇ ਹੈ। 4 ਜੂਨ 2016 ਨੂੰ
ਅਗਲੀ ਹੋਰੇ ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਂਦਾ ਹੈ। ਅੱਗੇ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ, ਇਹ ਪਹਿਲਾਂ ਅਤੇ ਆਖਰੀ ਸਮਾਂ ਹੈ। ਨਹੀਂ ਆਉਣਗੇ ਤੇ ਪੰਥ ਦੀ ਰਾਏ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸਾਹਿਬਾਨ ਦੇ ਆਦੇਸ਼ ਕੀਤਾ ਜਾਂਦਾ ਹੈ ਕਿ ਉਹ 15 ਦਿਨ ਦੇ ਅੰਦਰ ਅੰਦਰ ਇੱਕ ਕਮੇਟੀ ਗਠਿਤ ਕਰੇ ਜੋ ਵਿਦਿਆਰਥੀਆਂ ਨੂੰ ਗੁਰਮਤਿ ਵਿਦਿਆ ਦੇਣ ਵਾਲੇ ਸਾਰੇ ਗੁਰਮਤਿ ਕਾਲਜਾਂ ਅਤੇ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਚੈੱਕ ਕਰਕੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ। ਸਾਰੇ ਗੁਰਮਤਿ ਕਾਲਜਾਂ ਅਤੇ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇੱਕ ਕੀਤਾ ਜਾਵੇ। ਜੋ ਗੁਰਮਤਿ ਕਾਲਜਾਂ ਮਿਸ਼ਨਰੀ ਕਾਲਜ ਇਸ ਇੱਕ ਕੀਤੇ ਸਿਲੇਬਸ ਤੋਂ ਬਾਹਰ ਜਾਣਗੇ ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇਗੀ। ਉਧਰ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿੱਚ ਸਰੂਪਾ ਦਿੱਤੇ ਜਾਣ ਤੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਸਫਾਈ ਦਿੱਤੀ। ਉਹਨਾਂ ਕਿਹਾ ਕਿ ਸਾਬਕਾ ਪ੍ਰਬੰਧਕਾਂ ਵੱਲੋਂ ਇਹ ਸਰੂਪਾ ਦਿੱਤਾ ਗਿਆ ਜਿਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਕੋਈ ਉਹਨਾਂ ਨੂੰ ਮਾਨਤਾ ਨਹੀਂ, ਕੋਈ ਸਤਿਕਾਰ ਨਹੀਂ, ਕੋਈ ਰਿਸਪੈਕਟ ਨਹੀਂ, ਕੋਈ ਕੁਛ ਨਹੀਂ, ਨੋ ਵੈਲਿਊ। ਇੱਕ ਬਿਨਾਂ ਅੰਮ੍ਰਿਤਧਾਰੀ ਅਤੇ ਤਨਖਾਹੀਏ ਤੋਂ ਸਰੂਪਾ ਇਹਨਾਂ ਨੇ ਬਾਹਰ ਲਾ ਕੇ ਤਖ਼ਤ ਸਾਹਿਬ ਤੋਂ ਲਿਆ। ਇਸ ਕਰਕੇ ਇਹ ਆਪਣੇ ਆਪ ਤਿੰਨੇ ਤਨਖਾਹੀ ਹੋ ਗਏ ਨੇ। ਇਹਨਾਂ ਤਿੰਨਾਂ ਨੂੰ ਤਨਖਾਹੀਆ ਸਮਝਿਆ ਜਾਵੇ। ਤਨਖਾਹੀਏ ਤੋਂ ਸਰੂਪਾ ਲੈ ਰਹੇ ਨੇ, ਕਾਹਦੇ ਵਾਸਤੇ ਲੈ ਰਹੇ ਨੇ? ਸਾਨੂੰ ਮਾਨਤਾ ਮਿਲ ਜਾਏ। ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੀ ਮ੍ਰਿਤਕ ਦੇਹ ਭਾਰਤ ਪਹੁੰਚ ਚੁੱਕੀ ਹੈ। ਕੈਨੇਡਾ ਦੇ ਮੌਂਟਰੀਅਲ 'ਚ ਇੱਕ ਸੜਕ ਹਾਦਸੇ 'ਚ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਅੱਜ ਉਹਨਾਂ ਦੀ ਮ੍ਰਿਤਕ ਦੇਹ ਭਾਰਤ ਪਹੁੰਚੀ। ਏਅਰਪੋਰਟ ਤੋਂ ਬਾਬਾ ਹਰਦੇਵ ਸਿੰਘ ਜੀ ਦੀ ਮ੍ਰਿਤਕ ਦੇਹ ਨੂੰ ਬੁਰਾੜੀ ਸਥਿਤ ਨਿਰੰਕਾਰੀ ਮਿਸ਼ਨ ਦੇ ਆਸ਼ਰਮ 'ਚ ਲਿਆਂਦਾ ਗਿਆ ਜਿੱਥੇ ਬੁੱਧਵਾਰ ਤੱਕ ਸ਼ਰਧਾਲੂ ਦਰਸ਼ਨ ਕਰ ਸਕਣਗੇ ਅਤੇ ਬੁੱਧਵਾਰ ਨੂੰ ਦਿੱਲੀ ਦੇ ਨਿਗਮ ਬੋਧ ਘਾਟ 'ਚ ਬਾਬਾ ਹਰਦੇਵ ਸਿੰਘ ਜੀ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ। ਚੰਡੀਗੜ੍ਹ ਵਿੱਚ ਪਾਰਕਿੰਗ ਵਿਵਾਦ ਨੂੰ ਨਗਰ ਨਿਗਮ ਨੇ ਸੁਲਝਾ ਲਿਆ। ਵਪਾਰੀ ਨਗਰ ਨਿਗਮ ਦੇ ਫੈਸਲੇ ਤੋਂ ਕਾਫ਼ੀ ਖੁਸ਼ ਨੇ। ਦਰਅਸਲ ਨਗਰ ਨਿਗਮ ਨੇ ਸੈਕਟਰ 17 ਦੀ 2 ਪਾਰਕਿੰਗ ਨੂੰ ਬੰਦ ਕਰ ਦਿੱਤਾ ਸੀ ਜਿਸ ਦੇ ਵਿਰੋਧ ਵਿੱਚ ਵਪਾਰੀ ਸੜਕਾਂ 'ਤੇ ਉਤਰ ਆਏ ਸਨ। ਵਪਾਰੀਆਂ ਨੇ ਨਿਗਮ ਦੇ ਖਿਲਾਫ਼ ਮੁਜ਼ਾਹਰਾ ਕੀਤਾ ਸੀ ਅਤੇ ਆਖਿਰਕਾਰ ਉਹਨਾਂ ਦੀ ਮੁਹਿੰਮ ਰੰਗ ਲਿਆਈ। ਹਰਿਆਣਾ ਦੇ ਮੁੱਖ ਸਕੱਤਰ DS ਢੇਸੀ ਨੇ ਪੀਣਯੋਗ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਦਿੱਤੇ ਨਿਰਦੇਸ਼। ਟਾਸਕ ਫੋਰਸ ਅਤੇ ਸਬ ਕਮੇਟੀ ਦੀ ਬੈਠਕ ਦੌਰਾਨ ਦਿੱਤੇ ਹੁਕਮ। ਮਾਨਸਾ ਦੇ ਪਿੰਡ ਗੁਰਦੀ 'ਚ ਉਸ ਵੇਲੇ ਹਾਲਾਤ ਤਣਾਅਪੂਰਨ ਹੋ ਗਏ ਜਦੋਂ 2 ਧਿਰਾਂ ਵਿਚਕਾਰ ਜ਼ਮੀਨ ਦੇ ਇੱਕ ਟੋਟੇ ਲਈ ਝੜਪ ਹੋ ਗਈ। ਪਿੰਡ 'ਚ ਰਵਿਦਾਸ ਕਮੇਟੀ ਅਤੇ ਪੰਚਾਇਤ ਵਿਚਾਲੇ ਮੰਦਰ ਦੇ ਨਾਲ ਲੱਗਦੀ ਜ਼ਮੀਨ ਨੂੰ ਲੈ ਕੇ ਵਿਵਾਦ ਸੀ ਜਿਸ ਕਰਕੇ ਦੋਵਾਂ ਧਿਰਾਂ 'ਚ ਝੜਪ ਹੋਈ। ਸੋਨੀਪਤ ਵਿੱਚ ਫੌਜੀ ਦੇ ਪਿਤਾ ਅਤੇ ਭਰਾ ਦੇ ਕਤਲ ਮਾਮਲੇ 'ਚ ਪੁਲਿਸ ਦੇ ਹੱਥ ਖਾਲੀ ਨੇ। 3 ਦਿਨ ਬਾਅਦ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ। ਮੇਜਰ ਸੁਸ਼ੀਲ ਨੂੰ ਯਕੀਨ ਤੋਂ ਬਾਅਦ ਵੀ ਨਹੀਂ ਕੀਤੀ ਗਈ ਕਾਰ। ਹਿਸਾਰ ਵਿੱਚ ਬਰਵਾਲਾ ਦੇ ਨੇੜੇ ਤੇਜ਼ ਰਫ਼ਤਾਰ ਹਰਿਆਣਾ ਰੋਡਵੇਜ਼ ਬੱਸ ਦੀ ਲਪੇਟ ਵਿੱਚ ਆਉਣ ਦੇ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੇ ਵਿੱਚੋਂ ਦੀ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜਾ ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਝੂਲ ਰਿਹਾ। ਪ੍ਰਤੱਖਦਰਸ਼ੀਆਂ ਦੇ ਮੁਤਾਬਕ ਹਾਦਸਾ ਸਵੇਰੇ ਤਕਰੀਬਨ 7 ਵਜੇ ਹਿਸਾਰ ਚੰਡੀਗੜ੍ਹ ਹਾਈਵੇ 'ਤੇ ਬੇਵਲਪੁਰ ਦੇ ਨੇੜੇ ਪਿੰਡ ਬੜੋ ਪੱਟੀ ਦੇ ਵਿੱਚ ਹੋਇਆ। ਹਿਸਾਰ ਦੇ ਨੇੜਲੇ ਪਿੰਡ ਸੀਸਵਾਲਾ ਵਿੱਚ ਸਰਕਾਰੀ ਸਕੂਲ ਨੂੰ 12ਵੀਂ ਤੱਕ ਅਪਗ੍ਰੇਡ ਕਰਵਾਉਣ ਦੀ ਮੰਗ ਨੂੰ ਲੈ ਕੇ ਪਿੰਡ ਵਾਲਿਆਂ ਅਤੇ ਧੀਆਂ ਦਾ ਧਰਨਾ ਅਤੇ ਅਨਸ਼ਨ 5ਵੇਂ ਦਿਨ ਤੱਕ ਪਹੁੰਚ ਗਿਆ। 12 ਮਈ ਨੂੰ ਅਲਟੀਮੇਟਮ ਦੀ ਹੱਦ ਪੂਰੀ ਹੋਣ ਦੇ ਬਾਅਦ ਤੋਂ ਪਿੰਡ ਵਾਲਿਆਂ ਨੇ ਪਿੰਡ ਦੇ ਦੋਵੇਂ ਸਰਕਾਰੀ ਸਕੂਲਾਂ 'ਤੇ ਤਾਲਾ ਝਾੜ ਦਿੱਤਾ ਸੀ। ਹਮੀਰਪੁਰ ਦੇ ਗਸੋਤਾ ਮਹਾਦੇਵ ਮੰਦਰ ਵਿੱਚ ਵਾਰਸ਼ਿਕ ਨਲਵਾੜ ਮੇਲੇ ਦਾ ਆਗਾਜ਼ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦੇ ਵੱਲੋਂ ਦੀ ਵਿਧੀਵਤ ਤਰੀਕੇ ਨਾਲ ਕੀਤਾ ਗਿਆ। ਪ੍ਰੋਫੈਸਰ ਧੂਮਲ ਨੇ ਬੈਲ ਪੂਜਨ ਅਤੇ ਖੂੰਟਾ ਗਾੜ ਕੇ ਨਲਵਾੜ ਮੇਲੇ ਦਾ ਆਗਾਜ਼ ਕੀਤਾ। ਰਿਓ ਓਲੰਪਿਕ ਵਿੱਚ ਦਾਅਵੇਦਾਰੀ ਨੂੰ ਲੈ ਕੇ ਰੈਸਲਰ ਸੁਸ਼ੀਲ ਕੁਮਾਰ ਦੀ ਦਿੱਲੀ ਹਾਈਕੋਰਟ ਵਿੱਚ ਅਰਜ਼ੀ। ਟਿਕਟ ਪੱਕਾ ਕਰਨ ਦੇ ਲਈ ਨਰਸਿੰਘ ਯਾਦਵ ਤੋਂ ਟ੍ਰਾਇਲ ਮੈਚ ਦੀ ਮੰਗ। 74 ਕਿਲੋ ਕੈਟੇਗਰੀ ਵਿੱਚ ਫਸਿਆ ਦਾਅਵੇਦਾਰੀ ਦਾ ਮਾਮਲਾ। ਰੁੱਖ ਮੰਤਰੀ ਖਬਰਾਂ ਦਾ ਕਰਦੇ ਹਾਂ। ਇੰਗਲੈਂਡ ਦੇ ਮੈਨਚੈਸਟਰ ਵਿੱਚ ਓਲਡ ਟ੍ਰੈਫੋਲਡ ਸਟੇਡੀਅਮ ਵਿੱਚ ਇੱਕ ਸ਼ੱਕੀ ਪੈਕੇਟ ਮਿਲਣ ਦੇ ਨਾਲ ਇੱਥੇ ਖੇਡੇ ਜਾ ਰਹੇ ਇੱਕ ਫੁੱਟਬਾਲ ਮੈਚ ਨੂੰ ਰੱਦ ਕਰ ਦਿੱਤਾ ਗਿਆ। ਇਹ ਲੀਗ ਮੈਚ ਮੈਨਚੈਸਟਰ ਯੂਨਾਈਟਿਡ ਅਤੇ ਬੋਰਨਮਾਊਥ ਦੇ ਵਿਚਾਲੇ ਖੇਡਿਆ ਜਾ ਰਿਹਾ ਸੀ। ਬਾਅਦ ਵਿੱਚ ਸਟੇਡੀਅਮ ਦੇ 2 ਸਟੈਂਡਸ ਨੂੰ ਖਾਲੀ ਕਰਾ ਕੇ ਫੌਰਨ ਇੱਕ ਨਿਯੰਤਰਿਤ ਵਿਸਫੋਟ ਨਾਲ ਉਸ ਪੈਕੇਟ ਨੂੰ ਨਸ਼ਟ ਕਰ ਦਿੱਤਾ। ਜਰਮਨੀ ਦੇ ਕਿਊਜ਼ਬਰਗ ਵਿੱਚ ਇੱਕ ਸ਼ਾਨਦਾਰ ਕਾਰਨੇਵਲ ਦਾ ਪ੍ਰਬੰਧ ਕੀਤਾ ਗਿਆ। ਇਸ ਕਾਰਨੇਵਲ 'ਚ
75 ਮੁਲਕਾਂ ਤੋਂ ਆਏ ਤਕਰੀਬਨ 5000 ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ 4 ਘੰਟੇ ਚੱਲੀ ਪਰੇਡ ਨੇ ਸ਼ਹਿਰ ਦੀ ਫਿਜ਼ਾ ਨੂੰ ਰੰਗੀਨ ਕਰ ਦਿੱਤਾ। ਬੀਜਿੰਗ ਵਿੱਚ ਐਤਵਾਰ ਨੂੰ ਪਲੈਂਕਿੰਗ ਵਰਲਡ ਕੱਪ ਕਾਰਨੀਵਲ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਤਕਰੀਬਨ 500 ਲੋਕਾਂ ਨੇ ਹਿੱਸਾ ਲਿਆ। ਪਲੈਂਕਿੰਗ ਉਹ ਕਲਾ ਹੈ ਜਿਸ ਵਿੱਚ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਦੇ ਜ਼ੋਰ ਤੇ ਲੇਟ ਕੇ ਕਾਫੀ ਵੇਲੇ ਤੱਕ ਖੁਦ ਨੂੰ ਰੋਕਣਾ ਪੈਂਦਾ। ਉੱਤਰੀ ਚੀਨ ਦੇ ਬੋਟੋ ਸ਼ਹਿਰ ਵਿੱਚ ਕੜੀ ਮੁਸ਼ਕਤ ਤੋਂ ਬਾਅਦ ਸੁੱਕੇ ਖੂਹ ਦੇ ਵਿੱਚ ਡਿੱਗੇ 2 ਸਾਲ ਦੇ ਬੱਚੇ ਨੂੰ ਬਚਾ ਲਿਆ ਗਿਆ। ਖੂਹ ਵਿੱਚ ਡਿੱਗਣ ਨਾਲ ਬੱਚੇ ਦੇ ਮੱਥੇ ਕਾਫੀ ਸੱਟ ਲੱਗੀ ਆ ਅਤੇ ਉਹ ਮਦਦ ਦੇ ਲਈ ਚਿੱਲਾ ਰਿਹਾ ਸੀ। ਬੱਚੇ ਨੂੰ ਖੂਹ ਵਿੱਚ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਸੀ। ਬਚਾਅ ਕਰਮੀਆਂ ਨੇ ਕਿਸੇ ਤਰ੍ਹਾਂ ਖੂਹ ਵਿੱਚ ਉਤਰ ਕੇ ਬੱਚੇ ਨੂੰ ਬਾਹਰ ਕੱਢਿਆ। ਯਮਨ ਦੇ ਮੁਕੱਲਾ ਸ਼ਹਿਰ ਵਿੱਚ ਹੋਏ ਇੱਕ ਆਤਮਘਾਤੀ ਹਮਲੇ ਵਿੱਚ 25 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਹਮਲਾ ਪੁਲਿਸ ਕੰਪਾਊਂਡ ਵਿੱਚ ਉਸ ਵੇਲੇ ਹੋਇਆ ਜਦ ਉੱਥੇ ਭਰਤੀ ਚੱਲ ਰਹੀ ਸੀ। ਅਕਸ਼ੇ ਕੁਮਾਰ ਦੀ ਫਿਲਮ ਰੁਸਤਮ ਦੀ ਰਿਲੀਜ਼ ਡੇਟ 12 ਅਗਸਤ ਤੇ ਪ੍ਰੀਪੋਨ ਹੋ ਕੇ 5 ਅਗਸਤ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਕਿ ਅਜਿਹਾ ਰਿਤਿਕ ਰੋਸ਼ਨ ਦੀ ਫਿਲਮ ਮੋਹਨ ਜੋਦੜੋ ਦੇ ਬਾਕਸ ਆਫਿਸ ਕਲੈਸ਼ ਨੂੰ ਅਵੋਇਡ ਕਰਨ ਦੇ ਲਈ ਕੀਤਾ ਜਾ ਰਿਹਾ। ਹਾਲ ਹੀ ਵਿੱਚ ਵਿਆਹ ਦੇ ਬੰਧਨ 'ਚ ਬਣੀ ਬਿਪਾਸ਼ਾ ਬਸੂ ਨੇ ਟਵਿੱਟਰ 'ਤੇ ਜੰਮ ਕੇ ਆਪਣਾ ਗੁੱਸਾ ਕੱਢਿਆ। ਦਰਅਸਲ ਬਿਪਾਸ਼ਾ ਬਸੂ ਜਦ ਤੋਂ ਮਾਲਦੀਵ ਆਪਣੇ ਹਨੀਮੂਨ ਦੇ ਲਈ ਗਈ ਆ, ਉਦੋਂ ਤੋਂ ਬਿਪਾਸ਼ਾ ਕਦੀ ਖੁਦ ਦੀ ਤਾਂ ਕਦੀ ਆਪਣੇ ਬੈਡਰੂਮ ਦੀਆਂ ਤਸਵੀਰਾਂ ਟਵਿੱਟਰ 'ਤੇ ਪੋਸਟ ਕਰ ਰਹੀ ਹੈ, ਜਿਸ ਨੂੰ ਲੈ ਕੇ ਕੁਝ ਲੋਕਾਂ ਨੇ ਨਾਰਾਜ਼ਗੀ ਜਤਾਈ ਸੀ। ਫਿਲਮ ਹਾਊਸਫੁੱਲ 3 ਦਾ ਨਵਾਂ ਗਾਣਾ ਇੰਟਰਨੈਟ 'ਤੇ ਆਊਟ ਹੋ ਗਿਆ ਹੈ। ਡਾਂਸ ਨੰਬਰ ਹਾਊਸਫੁੱਲ 3 ਦੀ ਪੂਰੀ ਸਟਾਰਕਾਸਟ 'ਤੇ ਫਿਲਮਾਇਆ ਗਿਆ। ਇਸ ਫਿਲਮ ਨੂੰ ਸਾਜਿਦ ਨਾਡੀਆਡਵਾਲਾ ਬਣਾ ਰਹੇ।